ਚਲੋ 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 ਮਾਲ ਆ ਗਿਆ ਮਾਲ ਆ ਗਿਆ ਸਲਾਮ ਤਾਂ ਬਾਅਦ ਚ ਲੈਣੀ ਧਿਆਨ ਨਾ ਵੜੇ ਪਾਪਾ ਲਾਈਫ ਚੱਲ ਆਇਓ ਖੈੜ ਹੋਵੇ ਖੈੜ ਹੋਵੇ ਖੈੜ 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 ਡੱਕੀ ਗਈ ਜਾਈ ਯਾਰ ਤੇਰਾ ਛੰਮਾ ਬਈ ਲੋ ਛੰਮਾ ਜੀ ਫੜ ਦਿੱਤਾ ਵੇਖੋ ਚਿੱਟ ਲੱਗੀ ਹੁੰਦੀ ਕਿਹੜਾ ਕਬੂਤਰ ਹੁੰਦਾ ਉਹ ਹੋਵੇ ਫਿਰ ਨਿਕਲ ਗਈ ਹਾਂਜੀ ਛੰਮਾ ਜੀ ਫੜ ਲੀਜੇ ਖੈੜ ਹੋਵੇ ਚਲੋ ਛੰਮਾ ਜੀ ਇੰਤਜ਼ਾਰ ਨੀ ਹੋ ਰਿਹਾ ਵੇਖੋ ਕੀ ਹਿਸਾਬ ਏ ਨਹੀਂ ਲੱਗੀ ਚਿੱਟ ਓਏ ਚਿੱਟ ਲੱਗੀ ਹੁੰਦੀ ਤੇ ਵਾਪਸ ਸੀ ਦੋ ਮੋੜਾ ਉਧਰ ਤੇ ਵੇਖ ਲੋ ਖੈੜ ਹੋਵੇ ਅਗਰ ਕਿਸੇ ਭਾਈ ਕੀ ਹੈ ਤਾਂ ਯਾਰ ਟਾਈਮ ਦੇ ਟਾਈਮ ਦੱਸਣਾ ਆਪਾਂ ਕਿਸੇ ਨੇ ਡਬਲ ਮੋਰ ਲਵਾਈ ਬਹਾਦਰ ਹੋਣੀ ਦੋਸਤੋ ਦੇਖੋ ਯਾਰ ਜਿਸ ਭਾਈ ਕੀ ਇਹ ਰਾਬਤਾ ਕਰੋ ਯੇ ਰੰਗ ਲਗੇ ਹੈ ਯੇ ਰੰਗ ਲਗੇ ਹੈ ਠੀਕ ਹੈ ਇੱਕ ਪੱਲਾ ਗ੍ਰੀਨ ਹੈ ਔਰ ਇੱਕ ਪੱਲਾ ਯੇ ਬਲੂ ਹੈ ਕੀ ਬਾਤ ਹੈ ਫੁੱਲ ਮੱਤ ਮੱਜੀ ਚੱਜ ਪੰਗਾ ਚੱਕੋ ਕਬੂਤਰ ਫੜ ਲਿਆ ਸੀ ਦੇਖੋ ਤੇਰਾ ਕੀ ਬਾਤ ਹੈ ਜੀ ਕਬੂਤਰ ਦਾ ਸ਼ੋਅ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜਿਹੜੇ ਬੱਚੇ ਲੈ ਕੇ ਪਾਰਕਾਂ ਚ ਜਾਣ ਵਾਲਾ ਇੱਕ ਦੂਜੇ ਦੇ ਘਰਾਂ ਜਾਣ ਵਾਲਾ ਕਬੂਤਰਬਾਜ਼ੀ ਵਾਲਾ ਨਹੀਂ ਇਹ ਦੇਖੋ
ਹਾਂਜੀ ਸ਼ਮਾਈ ਡੱਕੋ ਯਾਰ ਡੱਕੋ ਬਿਸਮਿਲਾ 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 ਸੋ ਬਿਸਮਿਲਾ ਕਿਆ ਬਾਤ ਹੈ ਜੀ ਸ਼ਾਮ ਤੱਕ ਟੁੱਟ ਜਾਵੇ ਬਾਕੀ ਮੇਰਾ ਨੀ ਖਿਆਲ ਕੋਈ ਟੁੱਟੇਗਾ ਬਾਕੀ ਦੋਸਤੋ ਜਿਸ ਭਾਈ ਕੀ ਮਾਦੀ ਹੈ ਜੇ 6:04:02 ਜੇ ਟਾਈਮ ਦਿਖਾ ਦੀ ਹੈ ਜਿਸ ਭਾਈ ਕੀ ਵੀ ਹੈ ਨੁਮਾਨ ਭਾਈ ਸੇ ਰਾਬਤਾ ਕਰੋ ਔਰ ਆ ਕੇ ਆਪਣੀ ਕਬੂਤਰੀ ਫ੍ਰੀ ਲੈ ਜਾਓ ਔਰ ਬੋਤਲ ਵੀ ਪੀਓ ਖਾਣਾ ਪੀਣਾ ਵੀ ਆਓ ਮਾਰੀ ਤਰਫ ਯਾਰ ਮੋਸਟ ਵੈਲਕਮ ਜਿਹੜਾ ਮਰਜ਼ੀ ਕਬੂਤਰ ਲੈ ਲਿਆ ਕਰੋ ਸਾਡੇ ਸੋ ਬਿਸਮਿਲਾ ਭਾਈ ਸੋ ਬਿਸਮਿਲਾ ਚਲੋ ਸ਼ਮਾ ਜੀ ਅੱਗੋਂ ਤੋਂ ਬੱਚੇ ਬਾਰ ਬਾਰ ਬੰਨ ਬੰਨ ਕੇ ਸ਼ਾਮ ਨੂੰ ਛੱਡਿਆ ਕਰੋ ਵਿਹਲੇ ਅਸੀਂ ਕੀ ਕਰਨਾ ਹੁੰਦਾ ਯਾਰ ਕੱਲ ਤੋਂ ਭਾਈ ਜਾਨ ਅਸੀਂ ਬੱਚੇ ਕੱਲ ਤੋਂ ਬਾਅਦ ਛੱਡਿਆ ਕਰਾਂਗੇ ਇਸ ਟਾਈਮ ਨਵੇਂ ਬੱਚੇ ਬਾਹਰ ਛੱਡੇ ਨਾਲੇ ਆਪਣੇ ਫਿਰਕ ਲਈ ਨਾਲੇ ਥੱਲੇ ਥੱਲੇ ਬਣ ਕੇ ਚੜੋ ਨਾਲ ਨਾਲ ਕੇ ਜਾਓ ਯਾਰ ਬੱਚੇ ਛੱਡੀ ਆਹੋ ਬਾਹਰ ਛੱਡੋ ਯਾਰਾਂ ਦੋਸਤਾਂ ਨੇ ਵੀ ਭੇਜੇ ਨੇ ਵੈਸੇ ਵੀ ਫੜੇ ਨੇ ਤੇ ਇਹਨਾਂ ਨੂੰ ਬਾਹਰ ਕੱਢੋ ਫਲਾਈਟ ਕਰ ਇਹ ਦੇਖੋ ਦੋਸਤੋ ਕਿਆ ਬਾਤ ਹੈ ਜੀ ਸਕੂਟਰੀ ਦਾ ਕੁੰਦਾ ਚੈੱਕ ਕਰੋ ਜ਼ੂਮ ਕੱਟ ਕਰ 1x ਕਰ ਐਥ ਕਰ ਦੋਸਤੋ ਕੂਤੇ ਦਾ ਕੁੰਦਾ ਦੇਖੋ ਮਾਸ਼ਾਅੱਲਾ ਸਟੇਟ ਹੋ ਗਏ ਜੇ ਪਰ ਆਰਡਰ ਕਰੋ ਬਿਲਕੁਲ ਸਟੇਟ ਹੋਏ ਜੇ ਪਰ ਕਬੂਤਰੀ ਦਾ ਸ਼ੋਅ ਕਰੋ ਯੇ ਮਾਦੀ ਮਾਰੀ ਬੜੀ ਉੜੀ ਹੋਈ ਮਾਦੀ ਦੋਸਤੋ ਬਹਾਦਰ ਮਾਦੀ ਇੰਜ ਨਾ ਕਰਿਆ ਕਰ ਇੰਜ ਨਾ ਕਰਿਆ ਆਰਾਮ ਨਾ ਕਰਿਆ ਬੱਚੇ ਬਾਹਰ ਛੱਡੋ ਇਰਫਾਨ ਪਠਾਨ ਜੀ ਬਾਦਾਂ ਬੜੀਆਂ ਆ ਰਹੀਆਂ ਨੇ ਸੁਣਿਆ ਬੜੇ ਉੱਡ ਰਹੇ ਸਾਨੂੰ ਉੱਤੋਂ ਕਹਿੰਦੇ ਜੀ ਸਾਡੀ ਉੱਡਦੇ ਨੀ ਤੁਹਾਡੀਆਂ ਮਹੱਲੇ ਚ ਆਵਾਜ਼ ਆ ਰਹੀ ਹੈ ਸ਼ਾਮ ਸ਼ਾਮ ਬਹਿ ਰਹੇ ਨੇ ਤੁਹਾਡੇ ਕਬੂਤਰ ਬੜੇ ਤਗੜੇ ਹੋ ਗਏ ਆ ਰਹੇ ਜੇ ਅਗਲਾ ਜੇੜ ਦੀਆਂ ਬਾਜ਼ੀਆਂ ਲਾ ਰਿਹਾ ਉਹਨਾਂ ਦਾ ਉਸਤਾਦ ਵੀ ਚੰਗਾ ਯਾਰ ਉਹਨਾਂ ਨਾਲ ਮਿਲੇ ਬੜੇ ਅੱਛੇ ਬੜੇ ਪਿਆਰ ਵਾਲੇ ਬੰਦੇ ਨੇ ਯਾਰ ਬੜਾ ਮਜ਼ਾ ਆਇਆ ਉਹਨਾਂ ਨਾਲ ਬਹਿਣ ਦਾ ਭਾਜਨ ਯੂ ਆਰ ਗ੍ਰੇਟ ਸਰ ਬੜਾ ਮਜ਼ਾ ਆਇਆ ਤੁਹਾਡੇ ਨਾਲ ਉੱਥੇ ਬੈਠਣ ਦਾ ਦੁਕਾਨ ਤੇ ਤੁਹਾਡੀ ਗੁਫ਼ਤਗੂ ਤੁਹਾਡੇ ਬੈਠਣ ਦਾ ਔਰ ਬਾਕੀ ਰਹੀ ਹੈਦਰ ਪਠਾਨ ਵੀ ਜਿਹੜਾ ਨਾ ਮੈਂ ਇਰਫਾਨ ਪਠਾਨ ਕਹਿੰਦਾ ਵੈਸੇ ਹੈਗਾ ਅਬਦੁਲ ਹੈਦਰ ਪਠਾਨ ਹੈ ਬੜਾ ਮਜ਼ਾ ਮਜ਼ੇਦਾਰ ਬੱਚਾ ਔਰ ਬੜੀ ਬੜੀ ਇੱਜ਼ਤ ਕਰਨ ਵਾਲਾ ਬੰਦਾ ਹੈ ਔਰ ਬੜੇ ਪਿਆਰ ਵਾਲਾ ਬੰਦਾ ਹੈ ਕਮਾਲ ਹੈ ਭਾਜਨ ਤੁਸੀਂ ਗ੍ਰੇਟ ਹੋ ਸਰ ਜੀ ਤੁਹਾਡੇ ਨਾਲ ਬਹਿ ਕੇ ਚਾਰ ਦਿਨ ਮਜ਼ਾ ਆਇਆ ਭਾਜਨ ਕਿਉਂਕਿ ਮੇਰੀ ਪਹਿਲੇ ਸਦਰ ਕਿਸੇ ਨੇ ਉੱਠਣ ਬਹਿਣ ਨਹੀਂ ਸੀ ਹੈ ਲੇਕਿਨ ਜਦੋਂ ਤੁਹਾਡੇ ਨਾਲ ਬੈਠੀ ਉੱਠਿਆ ਤੁਹਾਡੇ ਨਾਲ ਬਹਿਣ ਦਾ ਮਜ਼ਾ ਆਇਆ ਤੁਹਾਡੇ ਸਾਥਾਂ ਨੂੰ ਵੀ ਮਜ਼ਾ ਆਇਆ ਔਰ ਉਹਨਾਂ ਦੀ ਗੈਦਰਿੰਗ ਇਹੋ ਜਿਹੀ ਜੀ ਉਹ ਦਰਦੀਆਂ ਦੀ ਦੁਕਾਨ ਹੈ ਉਹ ਉੱਥੇ ਉਹ ਕੰਮ ਕਰਦੇ ਨੇ ਉੱਥੇ ਸਾਰੇ ਭਰਾ ਆ ਕੇ ਇਕੱਠੇ ਹੋਏ ਹੁੰਦੇ ਨੇ ਉਹਨਾਂ ਦੀ ਗੁਫ਼ਤਗੂ ਚੱਲ ਰਹੀ ਹੁੰਦੀ ਹੈ ਉਹਨਾਂ ਨੂੰ ਉੱਠਣ ਬਹਿਣ ਦਾ ਇੱਕ ਸਿਲਸਿਲਾ ਬਣਾਇਆ ਹੋਇਆ ਅੱਜ ਕੱਲ੍ਹ ਕਬੂਤਰਬਾਜ਼ੀ ਚੱਲ ਰਹੀ ਹੈ ਤੇ ਬਾਕੀ ਨਹੀਂ ਹੁਣ ਮਾਸ਼ਾਅੱਲਾ ਕੱਲ੍ਹ ਤੋਂ ਕਬੂਤਰਬਾਜ਼ੀ ਆਪਣੀ ਫੇਰ ਸ਼ੁਰੂ ਤੇ ਜੇ ਮੌਸਮ ਸਹੀ ਹੋਇਆ ਉਹਨਾਂ ਚਾਹੁੰਦੀ ਭਾਰਤ ਦੀ ਕੱਲ੍ਹ ਆ ਗਏ ਤਾਜੀ ਕਿਤਨੇ ਦਿਨ ਰੁਕ ਗਏ ਇੱਕ ਦਿਨ ਹੋਰ ਰੁਕ ਜਾਓ ਤਾਜੀ ਕਿਤਨੇ ਦਿਨ ਰੁਕ ਗਏ ਇੱਕ ਦਿਨ ਹੋਰ ਰੁਕ ਯਾਰ ਵੈਸੇ ਕਹਿੰਦੇ ਤੇ ਸਹੀ ਨੇ ਇੱਕ ਦਿਨ 'ਚ ਕੀ ਵਗੜਦਾ ਫਿਰ ਮੰਗਲ ਨੂੰ ਡਾਲਾਂਗੇ ਵਿਹਲੋ ਨਾ ਕੱਲ ਵਿਹਲਣਾ ਮੌਸਮ ਦੇ ਹਿਸਾਬ ਨਾਲ ਯਾਰ ਮੈਂ ਕਹਿੰਦਾ ਦੋ ਤਿੰਨ ਦਿਨ ਲਗਾਤਾਰ ਰੱਖ ਕੇ ਮਾਰੀ ਉਸ ਤੋਂ ਬਾਅਦ ਕਬੂਤਰ ਨੂੰ ਰੱਖ ਕੇ ਤੁਹਾਨੂੰ ਮਾਰਨਾ ਫਿਰ ਥੱਲੇ ਨਹੀਂ ਕੱਲ ਨਹੀਂ ਨਾ ਡਾਂਦੇ
ਅੱਗੋ ਦੋ ਤਿੰਨ ਦਿਨ ਡਾਲਾਂਗੇ ਨਾ, ਮੰਗਲ ਵੀ ਡਾਲਾਂਗੇ, ਬੁੱਧ ਵੀ ਡਾਲਾਂਗੇ, ਦੂਸਰਾ ਮਾਰ ਲਾਂਗੇ, ਠੀਕ ਹੈ ਮੰਗਲ ਡਾਲਾਂਗੇ ਜਿਹੜਾ ਕੱਟ ਲੇਗਾ। ਉਹ ਯਾਰ ਨਾ ਹੁਣ ਕੰਮ ਕੋ ਬਾਜੀ ਵੀ ਤੇ ਲੜਨੀ ਹੂੰ ਸਾਰੇ ਨੂੰ, ਇਹੀ ਦੱਸਾਂਗੇ ਹਮਨੇ ਉਸੇ ਬਾਜੀ ਪਕੜ ਲਈ, ਉਸੇ ਹਮਨੇ ਐਵਰੇਜ ਪਕੜ ਲਈ, ਬਸ ਇੰਨਾ ਹੀ ਰਾਂਗੇ ਸੀ। ਇਹ ਭਾਜੀ ਨੇ ਗੱਲ ਹੀ ਕੀ ਹਾਰ ਜਿੱਤ ਕਰੋ ਕਿਉਂ ਮਾਮੂ, ਪਰ ਕਬੂਤਰਾਂ ਦੀ ਇਹ ਬੱਗਾਂ ਦੀ ਪੈਂਤੀ ਵਾਲੀ ਮਾਦੀ ਜੀ, ਘਰ ਦਾ ਬੱਚਾ ਦੋਸਤੋ, ਇਹ ਵੀ ਕਬੂਤਰੀ ਨਾਲ ਬੈਠੀ ਦੇ ਨਾਲ ਇਰਫਾਨ ਵਾਲੀ ਮਾਦੀ ਦੇ ਨਾਲ ਬੈਠੀ ਜੀ, ਕਬੂਤਰੀ ਦਾ ਸ਼ੁਕਰ ਆ ਦੋਸਤੋ। ਕਿਆ ਬਾਤ ਹੈ ਜੀ, ਮਾਸ਼ਾਅੱਲਾ ਦੇਖੋ ਜੋੜਾ ਸ਼ੁਕਰ ਆ ਅੱਜ ਵਿੱਚ ਤੇਰ ਬੱਗਾ ਨੇ ਇੱਕ ਜੋੜਾ ਵੀ ਲਾਇਆ ਦੋਸਤੋ, ਤੁਹਾਨੂੰ ਵੀ ਸ਼ੁਕਰਾਨਾ ਮੇਰਾ। ਕਬੂਤਰੀ ਦਾ ਕੁੰਡਾ ਦੇਖੋ ਔਰ ਉਹ ਵੀ ਆ ਜੁੜ ਕੇ ਬੈਠੀ, ਉਹਦੀ ਸਿਪ ਨਿਕਲੀ ਜਾ ਦੇਖੋ, ਕਿਆ ਬਾਤ ਹੈ ਦੇਖੋ, ਉਹ ਪਾਪਾ ਨੇ ਇਹਨੂੰ ਖੁਰਾਕ ਸਾ ਇਹਨੂੰ ਦਾਣਾ ਪਾਤਾ, ਚੱਲ ਵੀ ਜਿੱਥੇ ਪਈ ਚੱਲ ਵੀ ਉੱਥੇ ਪੈ, ਅਦਰ ਆ ਜਾ ਜੀ। ਚਲੋ ਚਲੋ ਸਰ, ਚਲੋ ਜੀ ਫੋੜਨ ਚਲ ਅੰਦਰ। ਤੇ ਮਾਮੂ ਦੀ ਤਬੀਅਤ ਵੀ ਜ਼ਰਾ ਖਵਾ ਖਰਾਬ ਹੈ ਦੋਸਤੋ, ਮਾਮੂ ਨੂੰ ਜ਼ਰਾ ਦੁਆ ਕਰੋ, ਮਾਮੂ ਸੇ ਅੱਲਾ ਪਾ ਮਾਮੂ ਨੂੰ ਸੇ ਤੰਦਰੁਸਤੀ, ਆਮੀਨ ਆਮੀਨ। ਦੇਖੋ ਜੀ ਮਾਮੂ ਹਫਤਾ ਹੋ ਗਿਆ ਮਾਮੂ ਉੱਥੇ ਛੱਤ ਨਹੀਂ ਆ ਰਿਹਾ, ਅੱਜ ਮਾਮੂ ਆਏ ਨੇ, ਮਾਮੂ ਦੋ ਹਫਤੇ ਬਾਅਦ ਅੱਜ ਆਏ, ਮਾਮੂ ਬੁਖਾਰ ਚੜਿਆ, ਬੁਖਾਰ ਚੜਿਆ ਜੀ ਮਾਮੂ ਨੂੰ, ਦੁਆ ਕਰੋ ਦੋਸਤੋ ਮਾਮੂ ਕੇ ਲਈ ਸਭ ਭਾਈ। ਬਾਕੀ ਦੋਸਤੋ ਇਹ ਮਾਦੀ ਜੇ ਜੀ, ਇਹ ਮਾਦੀ ਲਾਈ ਜੇ ਪਾਪਾ ਨੇ ਨਾਲ ਕਬੂਤਰ ਚ ਬੱਗਾਂ ਨੇ ਜੋੜਾ ਲਾਇਆ, ਕਬੂਤਰੀ ਆ ਦੋਸਤੋ, ਕਬੂਤਰੀ ਕਾ ਸ਼ੁਕਰ ਹੈ, ਵੀਡੀਓ ਕੋ ਲਾਈਕ ਸ਼ੇਅਰ ਸਬਸਕ੍ਰਾਈਬ ਕਰੇ, ਕੀ ਬਾਤ ਹੈ, ਕਬੂਤਰੀ ਕਾ ਕੁੰਡਾ ਦੇਖੇ ਮਾਸ਼ਾਅੱਲਾ, ਓਏ ਹੋਏ ਹੋਏ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਮਾਮੂ ਤੁਹਾਡੇ ਫੇਵਰਟ ਪਰ, ਹਾਂ ਨਹੀਂ ਨਹੀਂ, ਮਾਮੂ ਦਾ ਬੜਾ ਫੇਵਰਟ ਪਰ ਜੀ, ਜੋੜਾ ਬੜਾ ਅੱਛਾ ਲੱਗਾ, ਕਾਸਲੀ ਪਰ ਮਾਮੂ ਦਾ, ਕੀ ਬਾਤ, ਤੇ ਅਦਰ ਓਏ ਦੋਵੇਂ ਕਾਲੇ ਦਰਦੇ, ਅਦਰ ਅਸੀਂ ਪਾਣੀ ਲਿਆ ਮੇਰਾ ਪੁੱਤਰ ਫੜ ਕੇ ਲਿਆ, ਇਹ ਕਬੂਤਰੀ ਹੈ, ਪਹਿਲੇ ਭਰ ਕੇ ਲਿਆ ਪੁੱਤਰ, ਖਾਓ ਜੀ, ਲੈ ਲੈ ਕਬੂਤਰ ਸੁੱਕਾ ਹੈ, ਕਬੂਤਰ ਥੋੜਾ ਢਿੱਲਾ ਹੋਇਆ ਹੈ, ਸਹੀ ਬਿਮਾਰ ਹੋ ਕੇ ਸਹੀ ਹੋ ਗਿਆ ਜੀ, ਇਹ ਦੋਸਤੋ ਕਬੂਤਰ ਹੈ ਜੀ, ਕਿਆ ਬਾਤ ਹੈ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਕਬੂਤਰ ਦਾ ਸ਼ੋਅ ਕਰੋ ਦੋਸਤੋ, ਇੱਧਰ ਕਰ ਕਬੂਤਰ ਦਾ ਯਾਰ, ਮਾਸ਼ਾਅੱਲਾ ਕਬੂਤਰ ਦਾ ਕੁੰਡਾ ਕਿੱਡਾ ਹੀ ਯਾਰ, ਮਾਸ਼ਾਅੱਲਾ ਜੀ, ਕਿੱਡਾ ਰੌਣਕ ਲਾਈ ਹੈ, ਕਿੱਡਾ ਪਾਰ ਉਹਦਾ ਯਾਰ, ਆਵੇ ਆਵੇ, ਕਿਆ ਬਾਤ, ਉਹ ਤਾਂ ਪਰ ਚ ਵਾਈਬ੍ਰੇਟ ਵੇ ਦੋਸਤੋ, ਅਸੀਂ ਕੱਟ ਕੇ ਰੱਖਣਾ ਤੇ ਛੱਤ ਜ਼ਰਾ ਮਜਬੂਰੀ ਇਹ ਹੁੰਦੀ ਹੈ, ਇਹ ਦੇਖੋ ਵਾਈਬ੍ਰੇਟ ਚੈੱਕ ਕਰੋ ਦੇ ਕੁੰਡੇ ਚ, ਇਹ ਦੇਖੋ ਹਾਏ 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 ਹਾਏ, ਐਵੇਂ ਨਾ ਨਹੀਂ, ਇਹ ਹੁੰਦਾ ਹੀ ਜੋੜੇ ਉਡਾਣ ਵਾਲੇ ਜੋੜੇ ਦੀ ਪ੍ਰਵਾਸ ਯਾਰ, ਇੱਧਰੋਂ ਬੜਾ ਰਗੜ ਕੇ ਕੱਟਿਆ ਯਾਰ, ਇਹ ਪਤਾ ਨਹੀਂ ਕਿੰਨੇ ਕੱਟਦੇ ਤੁਹਾਡਾ ਰਗੜ ਕੇ, ਬੜਾ ਹੀ ਗੰਦਾ ਕੱਟਿਆ, ਇਹਨੂੰ ਪਾਰ ਪੁੱਟੋ ਇਹਦਾ, ਤੁਹਾਨੂੰ ਯਾਰ ਬੜਾ ਹੀ ਰਗੜ ਕੇ ਕੱਟਿਆ, ਪਤਾ ਨਹੀਂ ਕਿਸ ਤਰ੍ਹਾਂ ਕੱਟਿਆ, ਪਾਪਾ ਨੇ ਕੱਟਿਆ ਹੋਣਾ ਫਿਰ, ਯਾਰ ਸੀਬ ਨੇ, ਸੀਬ ਕਹਿੰਦਾ ਮੈਂ ਕੱਟਿਆ, ਸੀਬ ਨੇ ਕੱਟਿਆ, ਸੀਬ ਨੇ ਕੱਟਤਾ, ਕੋਈ ਗੱਲ ਨਹੀਂ, ਬਾਕੀ ਦੋਸਤੋ ਤੁਹਾਡਾ ਪਿਆਰ ਚਾਹੀਦਾ, ਤੁਹਾਡੀ ਮੁਹੱਬਤ ਚਾਹੀਦੀ, ਤੁਸੀਂ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਤੇ ਬਾਕੀ ਇਨਸ਼ਾਅੱਲਾ ਤੁਹਾਨੂੰ ਇਸ ਤਵਾਰ ਤੋਂ ਫਿਰ ਰਨਵੇ ਚੜ ਗਏ, ਉਹ ਭਾਜੀ ਫਿਰ ਜਰਸੀਆਂ ਪੈ ਲਗੀਆਂ ਜੇ, ਠੰਡ ਫਿਰ ਵਜੇ ਹੋ ਗਈ ਜੇ, ਤੇ ਬਾਕੀ ਰਹੀ ਗੱਲ ਦਿਹਾੜੀ ਬੜੀ ਲੰਮੀ ਹੁੰਦੀ ਹੈ, ਭਾਵੇਂ ਹੋਵੇ 31 ਤੇ ਭਾਵੇਂ ਹੋਵੇ 32, ਉੱਡਣਾ ਤਾਂ ਹੀ ਉੱਡੇਗਾ, ਤੇ ਸ਼ੁਕਰ ਮੇਲਾ ਇਨਸ਼ਾਅੱਲਾ ਤਵਾਰ ਨੂੰ ਪੂਰਾ ਹੋਏਗਾ, ਭਾਜੀ ਪੂਰਾ ਮਦਦ ਆਵਾਂਗੇ, ਤੇ ਬਾਕੀ ਅੱਜ ਕੱਲ੍ਹ ਗੱਲਾਂ ਹੀ ਹੈਗੀਆਂ ਜੇ, ਬਸ ਇਹੀ ਖਬੇ ਐਸਾ ਜੀਆਂ, ਤੇ ਬਾਕੀ ਸ਼ੁਕਰ ਮੇਲਾ ਤੁਹਾਨੂੰ ਬਾਜੀ ਵਾਲੇ ਦਿਖਾਵਾਂਗੇ, ਪੂਰਾ ਭਰਪੂਰ ਤਰੀਕੇ ਨਾਲ ਮਦਦ ਆਵਾਂਗੇ, ਉਹ ਭਾਈਜਨ ਨੇ ਮੈਨੂੰ ਇੰਡੀਆ ਤੋਂ ਭਾਈਜਨ ਕਹਿ ਰਹੇ ਸੀ ਸਾਡਾ ਨਾਂ ਲੈ ਲੈ, ਕੋਈ ਯਾਰ ਮੈਂ ਤੇਰਾ ਨਾਂ ਯਾਦ ਰੱਖਣਾ ਵਾ, ਫਿਰ ਭੁੱਲ ਗਿਆ ਇੰਡੀਆ ਭਾਈ ਦੇ ਗਸਲ, ਉਹਨਾਂ ਨੇ ਕਹਿੰਦੇ ਮੇਰਾ ਨਾਂ ਲਿਖਣ, ਮੈਨੂੰ ਫਿਰ ਤੁਹਾਡਾ ਨਾਂ ਭੁੱਲ ਗਿਆ, ਇੰਡੀਆ ਦੇ ਪਾਕਿਸਤਾਨ ਦੇ ਜਿੰਨੇ ਵੀ ਸਾਡੇ ਭਰਾ ਸਾਡੇ ਕਹਿੰਦੇ ਨਾਂ ਲੈਂਦੇ ਯਾਰ, ਸਭ ਨੂੰ ਲਵ ਯੂ, ਤੁਹਾਡੀ ਮਿਹਰਬਾਨੀ ਹੈ, ਤੁਸੀਂ ਪਿਆਰ ਕਰਦੇ ਹੋ, ਤੁਹਾਡੇ ਨਾਲ ਚਾਹ ਦੇ, ਬਾਕੀ ਇਹ ਪਾਪਾ ਦਾ ਕਬੂਤਰ ਜੀ ਜੋਸਰਾ ਮਾਂ ਹੀ ਦੇਣਾ, ਇਹ ਕਬੂਤਰ ਜੀ ਪਾਪਾ ਦਾ ਜੋਸਰਾ ਕਬੂਤਰ, ਜਿਹੜਾ ਪਾਪਾ ਦਾ ਨਾਮ ਹੈ, ਇਹ ਜਿਹੜਾ ਨਵਾਂ ਕਬੂਤਰ ਬਣਿਆ, ਰੱਖੋ ਅੱਲਾ ਰੱਖਾ, ਅੱਲਾ ਰੱਖਾ, ਕੀ ਬਾਤ ਹੈ ਜੀ, ਅੱਲਾ ਰੱਖਾ, ਨਾ ਅੱਲਾ ਅੱਲਾ ਰੱਖਾ, ਨਾ ਰੱਖੋ, ਕਿਉਂਕਿ ਇਹ ਕਬੂਤਰ ਉਸ ਦਿਨ 4 ਵਜੇ ਇਲਾ ਇਹਨਾਂ ਨੇ ਖੇਡੀਆਂ, ਫਿਰ ਪਕਾਨੇ ਕੋ ਡਿੱਗ ਪਿਆ, ਜਦੋਂ ਤੁਸੀਂ ਗੱਲ ਕਰਨਾ, ਮੈਂ ਇਹਨੂੰ ਲੱਭਣ ਗਿਆ ਅਮਰੀਕਨ ਸਕੂਲ ਦੀ ਬੈਕ ਸਾਈਡ, ਅੱਛਾ ਇਹ ਮੈਂ ਲੱਭਦਾ ਰਿਹਾ, ਮੈਨੂੰ ਨਹੀਂ ਲੱਭਾ,
ਮੈਂ ਪੱਪੇ ਨੇ ਕਿਹਾ, ਮੈਂ ਕਿਹਾ ਯਾਰ ਬੜਾ ਦੁੱਖ ਹੋਇਆ ਕਬੂਤਰ ਲਾ ਚੜਾ ਬੜੇ ਮਾਰੇ ਨੇ ਕਬੂਤਰ ਜਾ ਗਿਆ। ਕੀ ਯਾਰ ਮਾਸ਼ਾ, ਅਗਲੇ ਦਿਨ ਅਸੀਂ ਗੱਲਾਂ ਕਰਨ ਡੇ ਆ ਫੇਰ ਤੇ ਫੇਰ ਸਾਹਮਣੇ ਆ ਗਿਆ। ਮੇਰੀ ਹੈਰਤ ਗੁੰਮ ਗਈ, ਇਹਨੂੰ ਕਹਿੰਦੇ ਨੇ ਜਿਹਨੂੰ ਅੱਲਾ ਰੱਖੇ, ਅੱਲਾ ਰੱਖੇ ਤੇ ਉਹਨੂੰ ਕੌਣ ਚੱਕੇ। ਮਾਸ਼ਾਅੱਲਾ ਉਹਦਾ ਜਿਸਮ ਬੜਾ ਪਿਆਰਾ ਬਣਿਆ, ਫੁੱਲ ਬਣਿਆ ਜੇ ਕਬੂਤਰ। ਇਹ ਦੋਸਤੋ ਪਾਪਾ ਨੇ ਰੰਗ ਲਾ ਤੇਰੇ ਹਰੇ ਚੱਕ, ਰੰਗ ਬੜੇ ਸੋਹਣੇ ਲਾਏ ਜਾਨੂੰ। ਕੀ ਬਾਤ ਹੈ ਜੀ, ਇਹ ਰੰਗ ਲਾਏ ਜੀ ਪਾਪਾ ਨੇ, ਚੈੱਕ ਕਰੋ। ਵਾਹ ਜੀ ਵਾਹ, ਵਾਹ ਜੀ। ਬਾਕੀ ਕਬੂਤਰ ਦੇ ਬੈਲੈਂਸ ਚੈੱਕ ਕਰੋ, ਦੁੰਬ ਦਾ ਬੈਲੈਂਸ ਦੇਖੋ ਦੋਸਤੋ, ਚੈੱਕ ਕਰੋ। ਇੱਕ ਦੁੰਬ ਜਿਹਨੂੰ ਕਹਿੰਦੇ ਨੇ ਇੱਕ ਦੁੰਬ, ਉਹ ਹੈਗਾ ਜੇ ਇੱਧਰ ਤੱਕ ਕਰਕੇ ਸਾਫ਼ ਦੇ, ਇਹ ਦੇਖ ਜ਼ੂਮ ਕੱਟ ਕਰ, ਅੱਛਾ ਕਰ, ਇਹ ਦੇਖੋ। ਕੀ ਬਾਤ ਹੈ ਦੋਸਤੋ, ਇੱਕ ਦੁੰਬ ਦਾ ਕਬੂਤਰ, ਇਹ ਕਬੂਤਰ ਦਾ ਕਲਰ ਦੇਖੋ ਮਾਸ਼ਾਅੱਲਾ। ਐਂ ਦੇ ਕਬੂਤਰ ਦੋਸਤੋ ਉੱਡਦੇ ਜੇ, ਸੋਹਣੇ ਸੋਹਣੇ ਨਹੀਂ ਜੁੜਦੇ। ਇਹ ਦੇਖੋ ਪਿੰਡਾ ਜਿਹਾ ਕਬੂਤਰ, ਸਾਦਾ ਜਿਹਾ ਬਿਲਕੁਲ, ਦੜਵੀ ਚ ਪਿਆ ਹੋਵੇ ਤੈਨੂੰ ਕੋਈ 100-200 ਦਾ ਨਾ ਲਵੇ। ਲੋ ਜੀ ਦੋਸਤੋ, ਤਵੀਰੋ ਤੇ ਭਰਾਓ, ਖੁਸ਼ ਰਹੋ, ਸਦਾ ਖੁਸ਼ ਰਹੋ ਤੇ ਸਦਾ ਹੀ ਖੁਸ਼ ਰਹੋ ਤੇ ਬਾਕੀ ਇਨਸ਼ਾਅੱਲਾ ਤਾਲਾ ਸ਼ੁਗਲ ਮੇਲਾ ਹੋਏਗਾ ਜੀ ਇਸ ਹਫਤੇ ਵਿੱਚ। ਕੱਲ ਦੀ ਤੁਹਾਡੀ ਫਿਰ ਔਖੀ ਹੈ, ਉਸ ਤੋਂ ਬਾਅਦ ਫਿਰ ਤਾਂ ਤੁਹਾਡੇ ਨਾਲ ਨਾਲ ਹੀ ਨੇ, ਕਿਹੜਾ ਬੈਠਾ, ਕਿਹੜਾ ਕਿੰਨੇ ਬੈਠਾ, ਕਿਹੜਾ ਅੱਗੇ, ਕਿਹੜਾ ਪਿੱਛੇ, ਤੇ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਪੂਰਾ ਬੜਾ ਸ਼ੋਅ ਕਰਾਂਗੇ। ਉਮੀਦ ਹੈ ਕਿ ਵੀਰਾਂ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਬਾਦੇ ਟਾਈਮ ਬੈਡ ਲੱਕ ਵੀ ਹੋ ਜਾਂਦੀ ਹੈ ਤੇ ਬਾਦੇ ਟਾਈਮ ਗੁੱਡ ਲੱਕ ਵੀ ਹੋ ਜਾਂਦੀ ਹੈ ਤੇ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਗੇਮ ਹੈ, ਖੇਡਣੀ ਹੈ, ਹਾਰਨੀ ਵੀ ਤੇ ਜਿੱਤਣੀ ਵੀ ਹੈ। ਜਦੋਂ ਮੈਦਾਨ ਉਤਰਾਂਗੇ ਤਾਂ ਬੰਦਾ ਐ ਨਹੀਂ ਕਹਿ ਸਕਦਾ ਕਿ ਅਸੀਂ ਜਿੱਤੇ ਹਾਂ। ਹਾਲੇ ਕਿ ਬੜੇ ਬੜੇ ਲੋਕੀ ਕਹਿ ਰਹੇ ਨੇ ਕਿ ਭਾਜੀ ਜੈਂਚ ਹੋ ਗਿਆ, ਜੋ ਹਾਲੇ ਕਿ ਅਸੀਂ ਕਹਿੰਦੇ ਭਾਜਨ ਅਸੀਂ ਅੱਜ ਕੋ ਜ਼ਰਾ ਥੱਲੇ ਥੱਲੇ ਆ ਇਨਸ਼ਾਅੱਲਾ ਤਾਲਾ ਪੂਰੀ। ਉਹ ਯਾਰ ਗੱਲ ਪਤਾ ਕਿ ਸੁਣੋ, ਉਹ ਭੈਣ ਮੇਰੀ ਗੱਲ ਸੁਣੋ, ਤੁਹਾਡਾ ਜਦੋਂ ਪੂਰੇ ਲੋਹ ਲੈ ਕਬੂਤਰ ਉਲਟ ਪੁਲਟ ਹੋ ਗਏ, ਪਹਿਲਾ ਹੁਣ ਤੁਹਾਡਾ ਡੇਢ ਇੱਕ ਵੀ ਬੈਠਾ, ਦੂਜਾ ਡੇਢ ਵੀ ਬੈਠਾ, ਤੀਜਾ ਤਿੰਨ ਵੀ ਬੈਠਾ, ਕਿਸ ਤਰ੍ਹਾਂ ਥੱਲੇ ਹੋ? ਅੱਛਾ, ਉਸ ਤੋਂ ਬਾਅਦ ਤੁਹਾਡਾ ਪਹਿਲਾਂ ਤਿੰਨ ਵੀ ਕਬੂਤਰ ਬੈਠਾ, ਪਹਿਲੀ ਵਾਰ ਮੇਰਾ ਕੁੱਤਾ ਨਹੀਂ ਬੈਠਾ, ਮੈਨੂੰ ਉਹਦੀ ਬੈਡ ਲੱਗ ਨਹੀਂ ਰਹੀ। ਉਹ ਤੁਸੀਂ ਕਹਿ ਸਕਦੇ ਹੋ, ਤੁਸੀਂ ਕਹਿ ਰਹੇ ਹੋ ਕਬੂਤਰਾਂ ਨੂੰ ਨਾ ਕਹੋ ਕਬੂਤਰ ਘੱਟ ਉੱਡੇ। ਉਹ ਨਹੀਂ, ਕਬੂਤਰਾਂ ਦੀ ਮੈਂ ਗੱਲ ਨੀ ਕਰ ਰਿਹਾ, ਮੈਂ ਕਹਿ ਰਿਹਾ ਬੈਡ ਲੱਕ ਹੋ ਗਈ। ਉਹ ਬੈਡ ਲੱਕ ਤੇ ਫਿਰ ਨਾਲ ਕਿਸਮਤ ਲੜਦੀ ਜਿੰਨੀ ਮਰਜ਼ੀ। ਬਾਕੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ, ਇਨਸ਼ਾਅੱਲਾ ਤੁਹਾਨੂੰ ਮਿਲਨੇ ਆ ਨੈਕਸਟ ਵੀਡੀਓ ਵਿੱਚ। ਪੂਰਾ ਪਿਆਰ ਦੋ ਕੇ ਜਲਾ ਫਿਰ।